ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਟ ਬਾਰੇ ਗੱਲ ਕਰ ਲੱਗੇ ਹਾਂ ਵੀ ਜਿਹੜਾ ਕੱਟ ਲਾਉਂਦੇ ਪਏ ਆੜਤੀਏ ਜ਼ਿਮੀਦਾਰਾਂ ਨੂੰ। ਮੇਰੇ ਕੋਲ ਅੱਜ ਰਾਜੂ ਕਹਿੰਦਾ ਇੱਕ ਵੀਰ ਆਇਆ ਸੀ ਤੇ ਉਹਨੂੰ 26,000 ਰੁਪਇਆ ਕੱਟ ਲਾਇਆ ਵਾ। ਉਹਨੂੰ ਪਤਾ ਨਹੀਂ 100 ਰੁਪਇਆ ਲਾਇਆ ਕਿ 80 ਲਾਏ ਆ ਕਿ 150 ਲਾਇਆ। ਉਹਨੂੰ ਮੈਂ ਆੜਤੀਏ ਨੂੰ ਫੋਨ ਕਰ ਦਿੰਦਾ, ਚੁੱਕਿਆ ਨਹੀਂ ਉਹਨੇ। ਜਦੋਂ ਤੁਸੀਂ 2 ਰੁਪਈਏ ਜਿਹੜਾ ਵਿਆਜ ਲਾ ਲਿਆ ਜ਼ਿਮੀਦਾਰ ਨੂੰ, 2 ਰੁਪਈਏ ਆੜਤ ਵੀ ਕੱਟ ਲਈ, 2 ਰੁਪਈਏ ਆੜਤ ਸਰਕਾਰ ਤੋਂ ਵੀ ਲੈ ਲਈ, 50 ਰੁਪਈਏ ਦਾਮੀ ਸਰਕਾਰ ਤੋਂ ਲੈ ਲਈ, ਮੋਚਰ ਜਿਹੜਾ ਤੁਸੀਂ ਮਹੀਨਾ ਮਹੀਨਾ ਜ਼ਿਮੀਦਾਰਾਂ ਨੂੰ ਭਾ ਗਏ ਅਤੇ ਉਹ ਮੰਡੀਆਂ ਦੇ ਵਿੱਚ ਅਤੇ 15-16 ਤੋਲਿਆ, ਅਤੇ ਫਿਰ ਹੁਣ ਕੱਟ ਵਾਲਾ ਕੇ ਚੱਕਰ ਕਿਹੜਾ ਪੈ ਗਿਆ ਵਿੱਚ ਵੀ ਕੱਟ ਲਾਉਣਾ ਉਹਨੂੰ। ਜ਼ਿਮੀਦਾਰ ਦਾ ਕੰਮ ਤੁਹਾਨੂੰ ਫਸਲ ਪਾਲ ਕੇ ਅਤੇ ਮੰਡੀ ਤੀਕਰ ਖੜਨ ਦਾ ਫਰਜ਼ ਹੁੰਦਾ। ਜ਼ਿਮੀਦਾਰ ਦਾ ਮੰਡੀ ਛੁੱਟਣੀ ਅਤੇ ਤਲਾਉਣੀ ਕੋਲ ਬਹਿ ਗਏ ਆਪਦੀ ਜ਼ਿੰਮੇਵਾਰੀ ਨਾਲ। ਹੁਣ ਮੰਡੀ ਤੁਸੀਂ ਆਖੋਗੇ ਵੀ ਅਸੀਂ ਦਿੱਲੀ ਦੂਜਾ ਮਾਰਾ ਸੈਲਰ ਆ ਦਿੱਲੀ ਜਾ ਕੇ ਭੇਜਣਾ ਵਾ ਝੋਨਾ ਜਾਂ ਕਣਕ ਬੰਬੇ ਭੇਜਣਾ ਅਤੇ ਉਹ ਜ਼ਿਮੀਦਾਰ ਭਰੂ ਕਰਾਇਆ ਉਹਦਾ। ਇਹ ਨਵਾਂ ਕੰਮ ਮੇਰੇ ਚਲਾ ਕੇ ਬਹਿ ਗਏ ਤੁਸੀਂ ਸਰਕਾਰ ਨਾਲ, ਅਤੇ ਅੱਗੇ ਨਹੀਂ ਰੱਟਾ ਮੁੱਕਣ ਦਿਆ ਵੀ ਸੈਂਟਰ ਸਰਕਾਰ ਨਾਲ, ਅਤੇ ਤੁਸੀਂ ਉਹਨਾਂ ਨਵਾਂ ਹੀ ਰੱਟਾ ਪਾ ਕੇ ਬਹਿ ਗਏ ਇਹਦੇ ਵਿੱਚ ਵੀ ਅਸੀਂ ਕੱਟ ਲਾਉਣੇ ਆ। ਕਿਸੇ ਜ਼ਿਮੀਦਾਰ ਨੇ ਕੱਟ ਨਹੀਂ ਦੇਣਾ ਵੀ, ਪਹਿਲਾਂ ਇਹਨਾਂ ਨੂੰ ਪੁੱਛੋ ਵੀ ਕੱਟ ਲਾਉਂਦੇ ਕਾਹਦਾ ਵਾ, ਇਹਨਾਂ ਨੂੰ ਪੁੱਛੋ ਕੱਟ ਕਾਹਦਾ ਲਾਉਂਦੇ ਆ। ਅਤੇ ਜੇ ਬਾਅਦ ਗੱਲ 'ਤੇ ਮੇਰਾ ਨੰਬਰ ਆ 87270784013 ਮੇਰਾ ਨੰਬਰ ਆ। ਮੈਨੂੰ ਨੰਬਰ 'ਤੇ ਆੜਤੀਏ ਫੋਨ ਕਰ ਲੈਣਾ, ਮੈਂ 5-7 ਬੰਦੇ ਲੈ ਆਊਂਗਾ। ਇਹ ਆਪਦੇ ਆੜਤ ਵਾਲੇ ਆ, ਅਮਰਕੋਟ ਮੰਡੀ ਆ, ਅੱਗੋਂ ਕੋਠੀ ਆ, ਰਾਜੋਗੇ ਆ, ਇਹ ਆਪਦੇ ਆਪ ਦੀ ਆੜਤੀਏ ਇਕੱਠੇ ਹੋ ਜਾਣਾ, ਸਾਨੂੰ ਤਰਕ ਦੇ ਆਧਾਰ 'ਤੇ ਦੱਸਣ ਵੀ ਕਾਹਦਾ ਕੱਟ ਲਾ ਰਹੇ ਆ। ਅਤੇ ਨਹੀਂ ਤਾਂ ਅਸੀਂ ਕੋਈ ਕੱਟ ਨਹੀਂ ਦੇਣਾ ਵੀ ਆਪਦਾ, ਤੁਸੀਂ ਜਿਸ ਤਰ੍ਹਾਂ ਤੁਹਾਨੂੰ ਤੁਹਾਡਾ ਸੂਤਰ ਆਉਂਦਾ ਵਾ ਕਰ ਲਓ। ਜੇ ਤੁਹਾਨੂੰ ਕੋਈ ਸੈਲਰ ਵਾਲਾ ਕੱਟ ਲਾਉਂਦਾ ਵਾ ਤਾਂ ਸਾਨੂੰ ਦੱਸੋ, ਅਸੀਂ ਨਾਲ ਤੁਹਾਡੇ ਜਾਵਾਂਗੇ ਸੈਲਰ 'ਤੇ, ਉੱਥੇ ਧਰਨਾ ਦੇਵਾਂਗੇ, ਅਸੀਂ ਸੈਲਰ ਉਹਦੇ ਬੂਹੇ ਅੱਗੇ ਬਵਾਂਗੇ, ਤੁਹਾਨੂੰ ਨਹੀਂ ਲੱਗਣ ਦਿੰਦੇ। ਪਰ ਜੇ ਆਪਾਂ ਇਕੱਠੇ ਰਵਾਂਗੇ ਫੇਰ ਆ, ਜੇ ਤੁਸੀਂ ਸਾਨੂੰ ਨੱਪੀ ਗਏ ਜ਼ਿਮੀਦਾਰਾਂ ਨੂੰ ਨੱਪੀ ਗਏ, ਮੰਨ ਲਓ ਕੱਟ ਲਾ ਲਾ ਕੇ ਪਰਚੀਆਂ ਬਣਾਵਾਂ ਦਿੱਤੀ ਗਏ, ਅਤੇ ਫਿਰ ਤਾਂ ਆਪਾਂ ਆਪ ਸਮੇਂ ਪਾੜ ਗਏ, ਉਹਦੇ ਪਾਸੇ ਇੰਸਪੈਕਟਰ ਪਾਸੇ ਰਹਿ ਗਿਆ, ਉਹ ਇੰਸਪੈਕਟਰ ਪਾਸੇ ਰਹਿ ਗਿਆ, ਨਾਲ ਸੈਲਰਾਂ ਦੇ ਪਾਸੇ ਰਹਿ ਗਏ। ਜਦੋਂ ਤੁਹਾਨੂੰ ਪੈਸੇ ਬਾਈਦੇ, 1,00,000 ਰੁਪਇਆ ਬਾਈਦਾ ਸੈਲਰਾਂ ਨੂੰ, ਤਾਂ ਇੰਸਪੈਕਟਰ ਲੈ ਕੇ 1,00,000 ਰੁਪਇਆ ਇੱਥੋਂ ਗਰਾਂ ਗਏ ਇਹ ਮੰਡੀਆਂ 'ਚੋਂ, ਉਹਦੇ 'ਚੋਂ ਦਿੱਤਾ ਹਿੱਸਾ ਕੋਈ ਕਿਸੇ ਜ਼ਿਮੀਦਾਰ ਨੂੰ ਵੀ, ਆਹ ਲਓ ਜੀ ਇੰਨੇ ਪੈਸੇ ਬਣੇ ਜਾਂ ਇੰਸਪੈਕਟਰ ਨੂੰ, ਇੰਨੇ ਗਾ ਸਾਨੂੰ ਬਣਨੇ ਆ, ਚੌਲ ਦੇਣਾ ਗਾ ਸਰਕਾਰ ਨੂੰ, ਅਤੇ ਗਾ ਪ੍ਰਾਈਵੇਟ ਵੇਚਣਾ ਵਾ, ਤਾਂ ਇੰਨੇ ਪੈਸੇ ਬਣਨੇ ਆ ਸਾਨੂੰ 1,00,000 ਰੁਪਇਆ, ਅਤੇ ਆਹ ਤੁਸੀਂ ਵਿੱਚੋਂ ਲੈ ਲਓ 10-10, 20-20 ਹਜ਼ਾਰ। ਆੜਤੀਆਂ ਨੂੰ ਇੰਨੇ ਪੈਸੇ ਬਣਦੇ ਆ, ਆਹ ਵਿਆਜ ਲੈਂਦੇ ਆ, ਆੜਤ ਲੈਂਦੇ ਆ, ਦਾਮੀ ਲੈਂਦੇ ਆ, ਉਹਦੇ 'ਚੋਂ ਕਦੇ ਦਿੱਤਾ ਵਾ ਕਿਸੇ ਆੜਤੀਆਂ ਨੂੰ, ਕਿਸੇ ਜ਼ਿਮੀਦਾਰ ਨੂੰ ਵੀ ਚੱਲ ਯਾਰ ਤੁਸੀਂ ਥੱਲੇ ਲੱਗਾ ਅਤੇ ਚੱਲ ਤੇਰਾ 10,000-20,000 ਟੁੱਟਾ ਅਤੇ ਤੈਨੂੰ ਮਾਫ਼ ਕਰ ਦਿੰਦੇ ਹਾਂ। ਆਹ ਤੁਹਾਨੂੰ ਪਤਾ ਨਹੀਂ ਪੈਸੇ ਕਿਸੇ ਨੂੰ ਪਏ ਆ ਕਿ ਨਹੀਂ ਪਏ, ਤਾਂ ਤੁਸੀਂ ਜ਼ਿਮੀਦਾਰ ਦੇ ਸਿਰ ਤੋਂ ਪੀ ਜਾਂਦੇ ਜੇ। ਕਿਸੇ ਜ਼ਿਮੀਦਾਰ ਨੇ ਜਿਹੜਾ ਉਹ ਕੱਟ ਨਹੀਂ ਲਾਉਣਾ ਵੀ, ਜੇ ਤੁਹਾਨੂੰ ਵਧੋ ਵਧੀ ਲਾਉਂਦੇ ਆ ਤਾਂ ਤੁਸੀਂ ਆਹ ਨੰਬਰ ਆ ਮੇਰਾ 87270784013, ਇੱਥੇ ਕਾਲ ਕਰੋ, ਆਪਾਂ 10 ਬੰਦੇ ਇਕੱਠੇ ਹੋ ਕੇ ਜਾਵਾਂਗੇ ਆੜਤੀਏ ਦੇ ਕੋਲ, ਆਪਾਂ ਤਰਕ ਦੇ ਆਧਾਰ 'ਤੇ ਪੁੱਛਾਂਗੇ ਉਹਨੂੰ ਵੀ ਕਿਉਂ ਸਾਨੂੰ ਕੱਟ ਲਾ ਰਹੇ ਆ, ਕੋਈ ਸਾਡਾ ਤੁਹਾਡੇ ਨਾਲ ਲੜਾਈ ਝਗੜਾ ਨਹੀਂ ਗਾ, ਅਸੀਂ ਪ੍ਰੇਮ ਨਾਲ ਆਪਾਂ ਗੱਲ ਕਰਨੀ ਬਹਿ ਗਏ, ਮੇਰੇ ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਚਾਹ ਬਣੀ ਪਿਆਵਾਂਗੇ, ਬਹਿ ਗੱਲ ਕਰਾਂਗੇ, ਜਾਂ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਦਫ਼ਤਰ ਆ ਜਾਂਦੇ ਹਾਂ। ਪਰ ਕੱਟ ਨਹੀਂ ਲਾਉਣਾ ਕਿਸੇ ਨੇ, ਕਿਸੇ ਬੰਦੇ ਨੇ ਕੱਟ ਨਹੀਂ ਲਾਉਣਾ ਵੀ, ਕਿਸੇ ਜ਼ਿੰਮੀਦਾਰ ਕੱਟ ਨਹੀਂ ਲਾਉਣਾ, ਅੱਗੇ ਥੱਲੇ ਲਾ ਕੇ ਮਰੇ ਪਏ ਆ। ਤੁਸੀਂ ਇਹ ਵੇਖ ਲਓ ਵੀ ਤੁਹਾਡੇ ਕੋਲ ਪੈਸੇ ਬਜੇ ਕਿੰਨਾ ਕੁ ਜੱਟਾਂ ਦੇ ਭਲਾ, ਜੇ ਤਾਂ 2-2, 4-4 ਲੱਖ ਰੁਪਇਆ ਬਜਿਆ ਤੇ ਕੱਟ ਲਓ 20-30 ਹਜ਼ਾਰ ਰੁਪਇਆ, ਤੁਹਾਡੇ ਕੋਲ ਟੁੱਟਾ ਹੈ 2-2 ਲੱਖ ਰੁਪਇਆ, 4-4 ਲੱਖ ਰੁਪਇਆ ਜ਼ਿੰਮੀਦਾਰਾਂ ਦਾ, ਉੱਤੋਂ ਤੁਸੀਂ ਹੋਰ ਕੱਟ ਪਾ ਕੇ ਇਹਦੇ ਵਿੱਚ ਜੋੜੀ ਜਾਂਦੇ ਜੇ, ਤੇ ਇਹ ਤੇ ਗੱਲ ਨਹੀਂ ਬਣਨੀ ਯਾਰ ਕੀ। ਜਦੋਂ ਅਸੀਂ ਮਾਊਚਰ ਪੂਰਾ ਤਲਾਇਆ ਵਾ 14-15, ਤੇ ਕੱਟ ਕਿਹੜੀ ਗੱਲ ਦਾ, ਤੁਹਾਨੂੰ ਵਿਆਜ ਦਾ ਵਿਆਜ ਦੇਣਾ, ਤੁਹਾਡੇ ਤੋਂ ਪੈਸੇ ਲਏ ਆ, ਤੁਹਾਡੇ ਤੋਂ ਅਸੀਂ ਸੌਦਾ ਲਿਆ ਤੇ ਉਹ ਜਿਹੜੀ 40 ਰੁਪਈਏ ਖਾਂਦੇ ਆ ਉਹ 45 ਰੁਪਈਏ ਪਹਿਲਾਂ ਹੀ ਤੁਸੀਂ ਲਾ ਲੈਂਦੇ ਜੇ, ਤੇ 45 ਰੁਪਈਏ ਪਹਿਲਾਂ ਲਾ ਲੈਂਦੇ ਜੇ, ਫਿਰ ਉਹ ਰਕਮ 'ਚ ਜੋੜ ਕੇ ਉਹਨੂੰ ਵਿਆਜ ਲਾਉਂਦੇ ਜੇ, ਤੇ ਹੁਣ ਕੱਟ ਕਿਹੜੀ ਚੀਜ਼ ਦਾ ਬਈ। ਕਿਸੇ ਜ਼ਿਮੀਦਾਰ ਨੇ ਕੱਟ ਨਹੀਂ ਲਾਉਣਾ ਵੀ, ਮੇਰਾ ਨਵਾਂ ਪਿੰਡ ਫਤਿਹਪੁਰ ਪਰਮਿੰਦਰ ਸਿੰਘ ਬੋਲ ਰਿਹਾ ਮੈਂ, ਤੇ ਅਸੀਂ ਤੁਹਾਡੇ ਨਾਲ ਖੜੇ ਹਾਂ। ਜਿਹੜੇ ਜ਼ਿਮੀਦਾਰ ਨੂੰ ਜ਼ਬਰਦਸਤੀ ਕੱਟ ਲਾਉਂਦੇ ਆ, ਮੈਨੂੰ ਆਹ ਨੰਬਰ ਦਿੱਤਾ ਉੱਤੇ ਮੈਨੂੰ ਫੋਨ ਕਰੋ, ਮੈਂ ਜਾਊਂ ਨਾਲ ਤੁਹਾਡੇ, ਤੇ ਦੇਖੂੰਗਾ ਕਿਹੜਾ ਆੜਤੀਆ ਕੱਟ ਲਾਉਂਦਾ ਵਾ, ਤੇ ਉਹਦੇ ਨਾਲ ਅਸੀਂ ਪ੍ਰੇਮ ਨਾਲ ਬਹਿ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।